सत श्री अकाल मित्रों, स्वागत है थोड़ा एक होर नवी वीडियो विच। ते अज वाली वीडियो होने वाली है सपंजा तीह ते। देखो बाई हुणे नवें कढ़ा के लिया ते हजे तां हार हूर भी नहीं उतरे ते आ तिरंगे का साइन बनाया ग्रीन रैड वाइट ते हार पाया मूहरे। यह सपंजा तीह 4x4 ते बाई हुणे तुहानूं सारी जानकारी लैके दिंदे आ ते बाकी जिहड़े दे फंक्शन ने उह वी आपां तुहानूं दस्सांगे भी सपंजा 20 तों बाद किहड़े किहड़े फंक्शन दे विच आए ने क्योंकि इह सपंजा तीह। सति श्री अकाल बाई। मतलब गठा चला ਹੋਰ ਇੱਕ ਹੁਣ ਮੱਕੀ ਦੇ ਚਾਰ ਦੀ ਸ਼ੁਰੂ ਕਰਾਂਗੇ ਜੀ ਆਪਾਂ। ਠੀਕ ਹੈ ਜੀ। ਫਿਰ ਮਸ਼ੀਨ ਆਪਾਂ ਲੈ ਲਈ ਜਾਂ ਲੈਣੀ ਆ? ਉਹ ਵੀ ਲੈਣੀ ਆ ਜੀ। ਕਿਹੜੀ ਮਸ਼ੀਨ ਸੋਚਿਆ? ਰੈਡ ਦੀ ਸੋਚ ਰਹੇ ਹਾਂਗੇ। ਅੱਛਾ ਜੀ। ਉਹ ਕਹਿੰਦੇ ਵੀ ਡਿਲੀਵਰੀ ਥੋੜੀ ਲੇਟ ਹੋਣੀ ਆਗੀ। ਠੀਕ ਹੈ ਜੀ। ਤੇ ਤਾਂ ਕਰਕੇ ਬਾਕੀ ਹੋਰ ਦੇਖਦੇ ਆ ਜੇ ਕੋਈ ਹੋਰ ਠੀਕ ਲੱਗੀ ਜਾ ਸਕੇ ਮਿਲਦੀ। ਫਿਰ ਮਤਲਬ ਨਿਊ ਹਾਲੈਂਡ ਬਾਰੇ ਕਿਉਂ ਕਿਵੇਂ ਵੀ ਸੋਚਿਆ? ਪਹਿਲਾਂ ਤੋਂ ਵੀਰੇ ਪਹਿਲਾਂ ਤੋਂ 1999 ਮਾਡਲ ਤੋਂ ਲੈ ਕੇ ਪਹਿਲਾਂ ਤੋਂ ਨਿਊ ਹਾਲੈਂਡ ਚਲਾਉਂਦੇ ਆਉਣੇ ਆ। ਤੇ ਬਾਈ ਹੁਣਾਂ ਦਾ ਇੱਕ ਉਹ ਖੜਾ ਦੇਖੋ ਨਿਊ ਹਾਲੈਂਡ 3730 ਸੁਪਰ ਤੇ ਬਾਈ ਹੁਣੀ ਕੰਮ ਕਰਦੇ ਸੀ ਤੇ ਆਪਾਂ ਅੱਧ ਵਿਚਾਲੇ ਜਾ ਕੇ ਰੋਕ ਲਏ। ਤੇ ਪਹਿਲਾਂ ਤੁਸੀਂ ਹੁਣ ਜਿਵੇਂ 1999 ਦੀ ਗੱਲ ਕਰਦੇ ਸੀ ਪਹਿਲਾਂ ਫਿਰ ਆਪਾਂ ਕਿਹੜਾ ਲਿਆ ਸੀਗਾ? ਪਹਿਲਾਂ ਜੀ ਆਪਣਾ ਫੋਰਡ 3730 ਸਿੱਧੇ ਮਗਰੈਟਾਂ ਵਾਲਾ ਮੇਡ ਇਨ ਜਰਮਨੀ ਜਿਹੜੇ ਬਾਹਰੋਂ ਆਉਂਦੇ ਸੀ। ਠੀਕ ਹੈ ਜੀ। ਉਹ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ 2013 ਦੇ ਵਿੱਚ ਉਹ ਲੈ ਲਿਆ। ਠੀਕ ਹੈ ਜੀ। ਤੇ ਫਿਰ ਪਿਛਲੇ ਸਾਲ ਇੱਕ ਨਾਲ ਮੇਰਾ ਪਾਰਟਨਰ ਆ ਉਹਦੇ ਨਾਲ 5530 ਅਸੀਂ 2001 ਮਾਡਲ ਠੀਕ ਹੈ ਜੀ ਜਰਮਨੀ ਮੇਡ ਠੀਕ ਹੈ ਜੀ ਉਹ ਘਰੇ ਖੜਾਗਾ ਉਹ ਲੈਤਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਹੁਣ ਇੱਕ ਆ ਲੈਤਾ। ਠੀਕ ਹੈ ਜੀ। ਤੇ ਹੁਣ ਤਾਈਓ ਮਸ਼ੀਨ ਵੀ ਕਹਿੰਦੇ ਵੀ ਆਪਾਂ ਹਾਲੈਂਡ ਦੀ ਲਈ ਹੈ। ਹਾਲੈਂਡ ਨਾਲ ਫਿਰ ਜ਼ਿਆਦਾ ਪਿਆਰ ਆ ਜੀ। ਜਿਹੜਾ ਫੈਨ ਉਹ ਕੱਟੜ ਪੂਰੇ ਹੀ ਪੂਰੇ। ਠੀਕ ਹੈ ਜੀ। ਮਤਲਬ ਕਿਹੜੀ ਚੀਜ਼ ਵਧੀਆ ਲੱਗਦੀ ਆ ਹਾਲੈਂਡ ਟਰੈਕਟਰ ਦੀ? ਹਾਲੈਂਡ ਸਾਰਾ ਕੁਝ ਵਧੀਆ। ਇੱਕ ਤਾਂ ਸਭ ਤੋਂ ਵੱਡੀ ਗੱਲ ਰੰਗ ਹਾਂਜੀ ਬਾਕੀ ਸੁਨੱਖਾਪਣ ਹਾਂਜੀ ਤੇ ਬਾਕੀ ਟੌਰ ਹੀ ਵੱਖਰੀ ਆ ਹਾਲੈਂਡ ਦੀ। ਠੀਕ ਹੈ ਜੀ। ਤਾਂ ਕਰਕੇ ਮਤਲਬ ਹਾਂ ਹਾਂ ਤੇ ਰੰਗ ਠੀਕ ਹੈ ਜੀ। ਇਹ ਆਪਾਂ ਕਿਤਨੇ ਲੈ ਕੇ ਆਂਦਾਗਾ? ਅੱਜ ਹੀ ਲਿਆਂਦਾ ਜੀ 10ਵੀਂ। ਠੀਕ ਹੈ ਜੀ। ਠੀਕ ਹੈ ਜੀ। ਬਾਬੇ ਵਾਲੇ ਦਿਨ ਤੇ ਮਤਲਬ ਲੈ ਕੇ ਆਂਦਾ ਜੀ? ਹਾਂਜੀ ਹਾਂ ਬਾਈ। ਠੀਕ ਹੈ ਜੀ। ਤੇ ਬਾਈ ਕਹਿੰਦੇ ਹਜੇ ਅੱਜ ਹੀ ਲੈ ਕੇ ਆਂਦਾਗਾ ਤੇ ਆਪਾਂ ਬਾਈ ਦੀ ਸਨੈਪ ਦੇਖੀ ਸੀਗੀ ਤੇ ਸਨੈਪ ਦੇਖ ਕੇ ਫਿਰ ਬਾਈ ਨੂੰ ਕਾਲ ਕੀਤੀ ਫਿਰ ਆਪਾਂ ਮੈਂ ਚੱਲ ਆਪਾਂ ਵੀਡੀਓ ਬਣਾਉਂਦੇ ਆ। ਤੇ ਆਮ ਤੌਰ ਤੇ ਇਹ ਮਤਲਬ ਉੱਥੇ ਖੜਾ ਸੀ ਵੀਰੇ ਲੁਧਿਆਣੇ ਨਹੀਂ ਲਾਂਡਰਾ ਦੇ ਲਵੇ ਡੀਪੂ ਆ ਇਹਨਾਂ ਦਾ। ਠੀਕ ਹੈ ਜੀ। ਮੈਂ ਕਿਹਾ ਉੱਥੇ ਲੁਧਿਆਣੇ ਵੀਰੇ ਉਹ ਨਹੀਂ ਲੱਗੀ ਹੁੰਦੀ ਜਿਵੇਂ ਮੇਲਾ ਹੁੰਦਾਗਾ ਮੇਲੇ ਤੇ ਖੜਾ ਸੀਗਾ ਉਹਦੇ ਮੇਲੇ ਤੇ। ਹਾਂਜੀ ਹਾਂ ਉੱਥੇ ਆਪਣੇ ਬੇਲਰ ਵੀ ਗਿਆ ਦੀ ਮਾਸੀਓ ਕੰਪਨੀ ਦਾ ਹਾਂਜੀ ਹਾਂਜੀ ਆਪਣਾ ਰਾਉਂਡ ਬੇਲਰ ਉੱਥੇ ਹੀ ਉੱਥੇ ਗਿਆ ਹੋਇਆ ਗਿਆ ਸੀਗਾ। ਠੀਕ ਹੈ ਜੀ। ਇੱਥੇ ਵੀ ਉਰੇ ਮੇਲਾ ਲਾਇਆ ਸੀ ਉਰੇ ਫੈਕਟਰੀਆਂ ਦਾ ਜਿਹੜੇ ਆਪਣੇ ਜਿਨ੍ਹਾਂ ਨੂੰ ਆਪਾਂ ਪਰਾਲੀ ਦਿੱਤੀ ਆ ਮਾਲ ਦਿੱਤਾ ਹਾਂਜੀ ਉਰੇ ਵੀ ਆਪਣੇ ਬੇਲਰ ਹੀ ਖੜਾਏ ਤੇ ਉਹਨਾਂ ਨੇ ਨਮਾਇਸ਼ ਤੇ ਲਾਉਂਗੇ। ਠੀਕ ਹੈ ਜੀ। ਤੇ ਬਾਕੀ ਮਿੱਤਰੋ ਆਪਾਂ ਹੁਣ ਤੁਹਾਨੂੰ ਸਾਰੀ ਡਿਟੇਲ ਜਾਣਕਾਰੀ ਦਿੰਦੇ ਹਾਂ ਟਰੈਕਟਰ ਬਾਰੇ। ਬਾਈ ਕਹਿੰਦਾ ਹਜੇ ਅੱਜ ਲੈ ਕੇ ਆਉਂਦਾ ਮੈਨੂੰ ਘੱਟ ਪਤਾ ਤੇ ਆਪਾਂ ਹੁਣ ਤੁਹਾਨੂੰ ਦੱਸ ਲਓ ਵੀ ਮਿੱਤਰੋ ਹੁਣ ਤੁਹਾਨੂੰ ਆਪਾਂ ਇਕੱਲੀ ਗੱਲ ਬਾਰੇ ਦੱਸਦੇ ਹਾਂ ਵੀ ਕੀ ਇਹਦੇ ਲੱਗਿਆ ਹੋਇਆ ਤੇ ਬਾਕੀ ਮੂਹਰੇ ਲੱਗੇ ਹੋਏ ਨੇ 6-8 ਤੇ ਇਹ ਹੈਗੇ ਨੇਗੇ 30-30 ਕਿਲੋ ਦੇ ਤੇ ਬਾਕੀ ਤੁਸੀਂ ਲੁੱਕ ਚੈੱਕ ਕਰੋ ਜਿਹੜੇ ਦੇਖੋ ਸਟਿੱਕਰ ਜਿਹੜੇ ਨਵੇਂ ਆਏ ਨੇ ਹੁਣ ਤੇ ਜੇ ਆਪਾਂ ਹੁਣ ਮੂਹਰਲੇ ਟਾਇਰਾਂ ਦੀ ਗੱਲ ਕਰੀਏ ਤਾਂ ਮੂਹਰਲੇ ਟਾਇਰ ਹੈਗੇ ਇਹਦੇ 12-4-24 ਦੇ ਤੇ ਪਿਛਲੇ ਟਾਇਰਾਂ ਦੀ ਆਪਾਂ ਗੱਲ ਕਰੀਏ ਤਾਂ ਪਿਛਲੇ ਟਾਇਰ ਹੈਗੇ 18-4-30 ਦੇ ਤੇ 3 ਪਲੇਟਾਂ ਵੇਟ ਦੀਆਂ ਲੱਗੀਆਂ ਨੇ। ਇਹ ਵੇਟ ਹੈਗਾ ਗਾ 50-50 ਕਿਲੋ ਦਾ। 3 ਵੇਟਾਂ 50-50 ਕਿਲੋ ਦੀ ਲੱਗੀਆਂ ਨੇ ਉੱਧਰ ਵੀ ਲੱਗੀਆਂ ਹੁਣ। ਚਲੋ ਜੇ ਆਪਾਂ ਇਹਦੀ ਐਚ ਪੀ ਦੀ ਗੱਲ ਕਰੀਏ ਤਾਂ ਇਹ 75 HP 'ਚ ਆਉਂਦਾ ਗਾ। ਉਹ ਆਪਾਂ ਪੀ ਟੀ ਓ ਐਚ ਪੀ ਦੀ ਗੱਲ ਕਰੀਏ ਤਾਂ 69 HP ਦੀ ਇਹਦੀ ਪੀ ਟੀ ਓ ਹੈਗੀ। ਇੱਧਰੋਂ ਪਿੱਛੋਂ ਚੈੱਕ ਕਰ ਸਕਦੇ ਹਾਂ ਹੈਵੀ ਟਿਊਬਾਂ ਲੱਗੀਆਂ ਨੇ ਤੇ ਡਬਲ ਡਿਸਟ੍ਰੀਬਿਊਟਰ ਹੈਗਾ ਤੇ ਜੈੱਕ ਲੱਗਿਆ ਹੋਇਆ ਹੈਗਾ। ਜ਼ਿਆਦਾ ਇਹਦੇ ਨਾਲ ਆਪਾਂ ਵੇਟ ਚੱਕ ਸਕਦੇ ਹਾਂ ਹੋਰ। ਜੇ ਆਪਾਂ ਹਾਈਟ ਦੀ ਗੱਲ ਕਰੀਏ ਤਾਂ ਇਹਦੀ ਹਾਈਟ ਬਹੁਤ ਉੱਚੀ ਆ। ਦੇਖੋ ਉੱਚਾ ਕਾਫੀ ਉੱਚਾ ਟਰੈਕਟਰ ਹੈ। ਮਿੱਤਰੋ ਜੇ ਆਪਾਂ ਗੱਲ ਕਰੀਏ ਤਾਂ 6 ਸਾਲ ਦੀ ਇਹਦੀ ਵਾਰੰਟੀ ਹੈਗੀ ਗੇਅਰ ਤੇ ਸਾਰੇ ਮਤਲਬ ਟਰੈਕਟਰ ਦੀ ਤੇ ਟੀ ਵਾਰੰਟੀ ਮਤਲਬ ਥਰਡ ਪਾਰਟੀ ਵਾਰੰਟੀ ਹੈਗੀ ਇਹਦੀ 6 ਸਾਲ ਦੀ। ਇੱਧਰ ਲੱਗਿਆ ਹੋਇਆ ਡੀਜ਼ਲ ਫਿਲਟਰ ਤੇ ਡੀਜ਼ਲ ਫਿਲਟਰ ਦੇ ਲੱਗਿਆ ਹੋਇਆ ਸੈਂਸਰ ਜੇ ਮਤਲਬ ਕਚਰਾ ਆਊਗਾ ਫਿਲਟਰ ਦੇ ਵਿੱਚ ਕੋਈ ਤਾਂ ਉੱਧਰ ਮਤਲਬ ਡਿਸਪਲੇ ਤੇ ਆਜੂਗਾ ਵੀ ਹਾਂ ਆਪਣੇ ਤੇਲ 'ਚ ਕਚਰਾ ਗਾ। ਤੇ ਮਿੱਤਰੋ ਆ ਲੱਗੇ 2 ਡੀਜ਼ਲ ਫਿਲਟਰ ਹੋਰ। ਮਿੱਤਰੋ ਅਗਲੀ ਗੱਲ ਕਰੀਏ ਜੇ ਤਾਂ ਇਹਦੇ ਵਿੱਚ ਡਿਫੈਂਸ ਲੋਕ ਆਗਾ। ਬਾਕੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਸਾਰੀ ਬਾਡੀ ਨੂੰ ਆਪਾਂ ਕਵਰ ਕੀਤਾ ਇਹਨਾਂ ਨੇ ਕੰਪਨੀ ਵਾਲਿਆਂ ਨੇ। ਦੇਖੋ ਪੂਰਾ ਐਨ ਜਾਲੀ ਲਾ ਕੇ ਤੇ ਹੀਟ ਕੱਢ ਦਿੱਤੇ ਇਹਨੇ ਹੀਟ ਤੋਂ ਵੀ ਮਤਲਬ ਇੰਜਨ ਦੀ ਹੀਟ ਪੈਰਾਂ ਤੱਕ ਨਾ ਜਾਵੇ। ਮਿੱਤਰੋ ਉੱਪਰ ਵੀ ਜਾਲੀ ਦਿੱਤੀ ਹੋਈ ਆ ਤੇ ਇਹਦੇ ਅੰਦਰ ਡਰਾਈ ਏਅਰ ਕਲੀਨਰ ਹੈਗਾ। ਕਿ ਮਿੱਤਰੋ ਆ ਹਾਈਡ੍ਰੋਲਿਕ ਵਾਲਾ ਫਿਲਟਰ ਹੈਗਾ ਬਹੁਤ ਵੱਡਾ ਦਿੱਤਾ ਹੈਗਾ ਤੇ ਜਿਹੜਾ ਇਹ ਇੰਜਨ ਹੈਗਾ ਮੇਡ ਇਨ ਟਰਕੀ ਆ। ਹੁਣ ਤੁਹਾਨੂੰ ਆਪਾਂ ਇੰਜਨ ਦਿਖਾਉਂਦੇ ਆ ਤੇ ਆਹ ਦੇਖੋ ਆ ਲੱਗੀ ਹੈ ਟਰਬੋ ਤੇ ਬਾਕੀ ਅੰਦਰ ਹੀਟ ਸ਼ੀਟ ਲੱਗੀ ਹੋਈ ਆ ਜਿਹੜੀ ਹੀਟ ਨੂੰ ਮਤਲਬ ਵਿੱਚ ਨਹੀਂ ਇਹਦੇ ਜਾਣ ਨਹੀਂ ਦਊਗੀ ਸ਼ੋ ਖਰਾਬ ਨਹੀਂ ਹੋਊਗੀ ਮਤਲਬ ਇਹ ਅਬਜ਼ਰਵ ਕਰ ਲੂਗੀ। ਤੇ ਇੱਧਰ ਵੀ ਲੱਗੀ ਹੈ ਦੇਖੋ ਤੇ ਬਾਕੀ ਆਹ ਟਰਬੋ ਹੈਗੀ ਤੇ ਬਾਕੀ ਪੂਰਾ ਐਨ ਗੁੰਦਿਆ ਪਿਆ ਗਿਆ ਇੰਜਨ। ਲਓ ਜੀ ਮਿੱਤਰੋ ਹੁਣ ਆਪਾਂ ਉੱਤੇ ਚੱਲਦੇ ਹਾਂ।
ਤੇ ਕਹਿੰਦੇ ਇਹਦੇ ਵਿੱਚ ਇੱਕ ਕਮੀ ਹੈਗੀ। ਉਹ ਕਮੀ ਇਹ ਹੈਗੀ ਵੀ ਇਹਦਾ ਜਿਹੜਾ ਆਹਗਾ ਇਹ ਸਹੀ ਨਹੀਂ ਹੈਗਾ, ਮਤਲਬ ਪਲੇਟਫਾਰਮ ਸਹੀ ਨਹੀਂ ਹੈਗਾ। ਅਤੇ ਬਾਕੀ ਤੁਹਾਨੂੰ ਉੱਪਰੋਂ ਦਿਖਾ ਦਿੰਦੇ ਹਾਂ, ਪਲਸਟਰ ਤੋਂ ਆਪਾਂ ਚੈੱਕ ਕਰਾਉਂਦੇ ਹਾਂ। ਅਤੇ ਆਹ ਸੀਗੇ ਇਹਦੇ ਮੋੜ, ਈਕੋ ਈਕੋ ਪਲੱਸ। ਮਿੱਤਰੋ ਬਹੁਤ ਹੀ ਆਰਾਮਦਾਇਕ ਸੀਟ ਹੈਗੀ ਵਿਦ ਆਰਮ ਰੈਸਟ, ਅਤੇ ਨਾਲ ਹੀ ਸੀਟ ਬੈਲਟ ਦਿੱਤੀ ਹੈ ਦੇਖੋ। ਅਤੇ ਮਿੱਤਰੋ ਹੁਣ ਤੁਹਾਨੂੰ ਆਪਾਂ ਆਵਾਜ਼ ਸੁਣਾਉਂਦੇ ਟਰੈਕਟਰ ਦੀ, ਅਤੇ ਕਿਵੇਂ ਆ ਕਰਿਓ ਵੀਰੇ। ਅਤੇ ਦੇਖੋ ਜਮਾਂ ਸਾਇਲੈਂਟ ਆ ਨਾ ਇੰਜਣ ਵੀ, ਅਤੇ ਬਹੁਤ ਆਵਾਜ਼ ਤਾਂ ਮੈਨੂੰ ਆਉਂਦੀ ਨਹੀਂ ਹੋਣੀ। ਅਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ। ਜਿਹੜੇ ਚੈਨਲ ਦੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਕਿਉਂਕਿ ਆਪਾਂ ਇੱਦਾਂ ਦੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਅਤੇ ਹੋਲੈਂਡ ਲਵਰ ਵੀਡੀਓ ਨੂੰ ਲਾਈਕ ਕਮੈਂਟ ਦੱਬ ਕੇ ਕਰ ਦਿਓ, ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਸਬਸਕ੍ਰਾਈਬ ਵੀ ਕਰ ਦਿਓ। ਅਤੇ ਮਿਲਦੇ ਤੁਹਾਨੂੰ ਆਪਾਂ ਨਵੀਂ ਵੀਡੀਓ, ਓਕੇ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ।